कुड़म कुड़माई संतोष कर पा।
सुख पाया, ओ मैं पीर गई सुख पाया, अरोगत पै शरीरा, अरोगत पै शरीरा, गुर पर सादी ब्रह्म पछाता, गुर पर सादी ब्रह्म पछाता, नानक गुणी गही बलराम जियो सत संतो कर पाओ, सत संतो कर पाओ, कुड़म कुड़माई आया, कुड़म कुड़माई आया, बलराम जियो सत संतोख कर पाओ, सत संतोख कर पाओ, सत संतोख कर पाओ, कुड़म कुड़मा बलराम जियो संत जना कर मेल, गुरबाणी गवाईया बलराम जियो। जे तू विकारा तो छूट जाए तेरी रब जी नाल इकमिकता हो सकती है। हुण असी पहली गल सीख ली कि सज्जन किनू कहते ने, चंगे गुणा नू। सज्जन से ही नाल मैं चलदिया नाल चलान, मैं बार बार मुंडे वाले कुड़ी वाले बार बार इस तरीके एनालाइज करके नहीं गल करांगा क्योंकि मैंने मेरे टॉपिक ही अगे वधना है। हुण असी जदों बचपन च पैदा होंदे हाँ, असी नवे नरोए बाल साफ मन वाले बच्चे पैदा होंदे हाँ, असी इस समाज विच चारों पासों भावें मीडिया है ते भावें माता पिता ने भावें परिवार है, कितों चारों पासों असी पोल्यूशन एक मैल एक डर्ट कट्ठी करते जाते हैं जिहड़ी साडे मन उत्ते जमदी जाती है। जदों असी पैदा होए सी वह मैल लैके पैदा नहीं सी होए, क्योंकि निक्का बच्चा कदे वितकरा नहीं करता, हिंदू मुसलमान सिख ईसाई का कोई वितकरा नहीं करता, निक्का बच्चा कदे वितकरा नहीं करता, अमीर गरीब का उच्ची जात का नीवी जात का नहीं करता, मन साफ है। साडा मन साफ होंदा है, जदों साडा मन साफ होंदा है ना विगास होंदा है, रंग हसे रंग रोवे होंदा है, एक रंग ही च रहिंदा है। पर गुरु साहब हुण प्रॉब्लम नूं साडे सामने रखदे ने, एक दुनियावी पौंड छप्पड़ क्रीक दे नाल क्वेश्चन करदे ने, पब्बर तू हरियावला कमला कंचन मन, वो पब्बर वो पौंड वो छप्पड़ मैं तैनूं देखिया सी, तू हरियावला सी, जिवें असी बचपन ही हरियावले सी पर हुण असी हरे भरे नहीं रहे। पब्बर तू हरियावला कमला कंचन वन, तेरे अंदर कमल फुल खिड़दे सन, कितना सुंदर रंग सी कंचन वर्गा, पवित्र साफ सुथरा प्योर 24 कैरेट गोल्ड वर्गा, कमला कंचन वन वर्गे तेरा सुंदर रंग, कह दो खड़े सड़े होए कि तू गलत काम कीता जो सड़ गया है। इहदा मतलब जदों असीं रब जी दे नाल इकमिक होंदे हां ना,
ਤਾਂ ਉਸ ਵੇਲੇ ਅਸੀਂ ਵਿਗਾਸ ਖੇੜੇ 'ਚ ਹੁੰਦੇ ਹਾਂ, ਉਹਨੂੰ ਕੰਚਨ ਵਨ ਵਰਗਾ ਰੰਗ ਕਹਿੰਦੇ ਨੇ, 24 ਕੈਰੇਟ ਗੋਲਡ ਵਾਲਾ। ਉਹ ਬਲੋਸਮਿੰਗ ਵਾਲੇ ਰੰਗ ਨੂੰ ਲਾਲ ਰੰਗ ਵੀ ਕਹਿੰਦੇ ਨੇ, ਸੂਹਾ ਰੰਗ ਵੀ ਕਹਿੰਦੇ ਨੇ, ਸੂਹਬ ਸੂਬ ਸੂਬ ਵੀ। ਲਾਲ ਰੰਗ ਤਿਸਕੋ ਲਗਾ ਜਿਸਕੇ ਵਟ ਭਾਗਾ, ਲਾਲ ਰੰਗ ਆਸਤਾ ਆਸਤਾ ਵਿਆਹ ਸ਼ਾਦੀ ਨਾਲ ਜੁੜ ਗਿਆ ਕਿ ਲਾਲ ਕੱਪੜੇ ਕੁੜੀ ਪਾਉਂਦੀ ਹੈ, ਲਾਲ ਚੋਲਾ ਪਾਉਂਦੀ ਹੈ, ਲਾਲ ਰੰਗ ਇਸ ਤਰ੍ਹਾਂ ਰੱਬ ਦੇ ਨਾਲ ਇਕਮਿਕਤਾ ਦਾ ਪ੍ਰਤੀਕ ਹੋ ਗਿਆ ਕਿਉਂਕਿ ਲਾਲੀ ਆ ਗਈ। ਲਾਲੀ ਜ਼ਰੂਰੀ ਨਹੀਂ ਹੈ ਕਿ ਇੱਥੇ ਆ ਗਈ, ਪਰ ਇੱਕ ਪ੍ਰਤੀਕ ਹੈ ਜਿਹੜਾ ਮਨੁੱਖ ਵਿਕਾਰਾਂ ਨਾਲ ਜੁੜਿਆ ਹੋਇਆ, ਜਿਸ ਮਨੁੱਖ ਨੇ ਗਲਤ ਕੰਮ ਕੀਤਾ ਹੈ, ਜੋ ਮਨੁੱਖ ਦੇ ਮਨ ਦੇ ਅੰਦਰ ਕੁਝ ਮੈਲ ਹੈ, ਉਹਦਾ ਜੇ ਝੂਠ ਫੜਿਆ ਜਾਏ ਤਾਂ ਅਸੀਂ ਕਹਿੰਦੇ ਹਾਂ ਚਾਰ ਬੰਦਿਆਂ ਦੇ ਸਾਹਮਣੇ ਇੱਕਦਮ ਉਹਦਾ ਰੰਗ ਫਿੱਕਾ ਪੈ ਗਿਆ, ਇੱਕਦਮ ਪੀਲਾ ਪੈ ਗਿਆ। ਪੀਲਾਪਨ ਫਿੱਕਾ ਹੋਣਾ ਕਮਜ਼ੋਰੀ ਦੀ ਨਿਸ਼ਾਨੀ ਹੈ, ਜੇ ਕੋ ਹੋਵੇ ਦੁੱਬਲਾ, ਦੁੱਬਲੀਆਂ ਦੀ ਨਿਸ਼ਾਨੀ ਹੈ, ਛੁੱਟੜੀਆਂ ਦੀ ਜਿਹੜੇ ਰੱਬ ਤੋਂ ਡਿਪਾਰਟਿਡ ਹੁੰਦੇ ਨੇ ਉਹਨਾਂ ਦੀ ਨਿਸ਼ਾਨੀ ਹੈ। ਜੋ ਵਿਕਾਰਾਂ ਦੇ ਵਸ ਪੈ ਜਾਂਦਾ ਉਹ ਕੀ ਹੁੰਦਾ, ਪੀਲਾ ਰੰਗ ਪੈ ਜਾਂਦਾ, ਭਾਵੇਂ ਉਹਦੀ ਬਲੱਡ ਕੈਮਿਸਟਰੀ ਠੀਕ ਹੋਵੇ। ਮਨ ਜਾਣੇ ਸਭ ਬਾਤ ਜਾਣਤ ਹੀ ਔਗੁਣ ਕਰੇ ਵਾਲੇ ਦਾ ਪੀਲਾ ਰੰਗ ਪੈ ਗਿਆ, ਮਾਨੋ ਆਤਮਕ ਤੌਰ 'ਤੇ ਡਿੱਗ ਪਿਆ, ਮਰ ਗਿਆ, ਆਤਮਕ ਮੌਤ। ਪਰ ਜਿਹੜਾ ਪ੍ਰਫੁੱਲਤਾ ਵਿੱਚ ਹੈ, ਖੇੜੇ ਵਿੱਚ ਹੈ, ਉਹਨੂੰ ਧਰਮੀ ਵਿਕਸੇਤ, ਜੋ ਸੱਚ ਨਾਲ ਹੈ ਉਹਨੂੰ ਅੰਦਰ ਝੂਠ ਨਹੀਂ ਰੱਖਿਆ ਹੋਇਆ, ਉਹਦਾ ਮਨ ਖੇੜੇ ਵਿੱਚ ਹੈ, ਉਹ ਲਾਲ ਰੰਗ ਹੈ, ਪ੍ਰਤੀਕ ਹੈ, ਰੱਬ ਨਾਲ ਇੱਕ ਵਿੱਕ ਜੁੜਿਆ ਹੋਇਆ ਹੈ। ਤਾਂ ਹੀ ਕਹਿੰਦੇ ਮੇਰੇ ਲਾਲ ਜੀਓ, ਲਾਲ ਰੱਬ ਨੂੰ ਵੀ ਲਾਲ ਕਹਿਣਾ ਸ਼ੁਰੂ ਕਰ ਦਿੱਤਾ। ਐਕਚੁਅਲੀ ਗੋਡ ਦਾ ਲਾਲ ਰੰਗ ਨਹੀਂ ਹੈ, ਕਿਉਂਕਿ ਲਾਲ ਰੱਬ ਜੀ ਦਾ ਰੂਪ ਰੰਗ ਰੇਖ ਭੇਖ ਹੀ ਕੋਈ ਨਹੀਂ ਹੈ, ਲੇਕਿਨ ਇਹ ਪ੍ਰਤੀਕ ਸਾਰੇ ਬਣ ਗਏ। ਹੁਣ ਕਹਿੰਦੇ ਨੇ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਮਨ ਕਹਿ ਦੋਖੜੇ ਸੜੇ ਹੋਏ, ਕੀ ਕਾਰਨ ਹੋਇਆ, ਕੀ ਗਲਤੀ ਕੀਤੀ ਜਿਹਦੇ ਕਾਰਨ ਸੜ ਗਿਆ, ਕਾਲੀ ਹੋਈ ਹੈ ਦੇਵਰੀ, ਟੈਕਨੀਕਲੀ ਬਲੈਕ ਕਲਰ ਨਹੀਂ ਹੋ ਗਈ, ਕਾਲੀ ਹੋਈ ਆ ਦੇਵਰੀ, ਤੇਰਾ ਸਾਰਾ ਸਰੀਰ ਉਹ ਪੂਰਾ ਪੌਂਡ ਕਾਲਾ ਹੋ ਗਿਆ। ਕਾਲੀ ਹੋਈ ਆ ਦੇਵਰੀ, ਨਾਨਕ ਮੈਂ ਤਨ ਭੰਗ, ਸਾਰਾ ਸਰੀਰ ਭੰਗ ਹੋ ਗਿਆ, ਸਾਰਾ ਸਰੀਰ ਡਿਸ, ਬਲੱਡ ਕੈਮਿਸਟਰੀ ਸਰੀਰ ਦੀ ਅਪਸੈਟ ਹੋ ਗਈ ਹੈ, ਕੀ ਹੋ ਗਿਆ? ਕਹਿੰਦੇ ਨੇ ਹੁਣ ਉਹਦੇ ਵੱਲੋਂ ਜਵਾਬ ਦਿੰਦੇ ਨੇ, ਕਹਿੰਦੇ ਨੇ ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਗ, ਮੇਰੇ 'ਚ ਨਾ ਉੱਤੋਂ ਫਰੈਸ਼ ਵਾਟਰ ਆਉਂਦਾ ਸੀ ਔਰ ਇੱਥੇ ਸਾਰੇ ਚੀਜ਼ ਨੂੰ ਫਰੈਸ਼ ਰੱਖਦਾ ਸੀ, ਫੁੱਲ ਖਿੜਦੇ ਸਨ ਤਾਂ ਸਾਰੀ ਫਰੈਸ਼ਨੈਸ ਰਹਿੰਦੀ ਸੀ, ਇਹਦੇ 'ਚੋਂ ਖੁਸ਼ਬੂ ਆਉਂਦੀ ਸੀ, ਅਤੇ ਗੰਦਲਾ ਪਾਣੀ ਓਵਰਫਲੋ ਕਰਕੇ ਨਿਕਲ ਜਾਂਦਾ ਸੀ। ਲੇਕਿਨ ਮੈਂ ਲੈਣਾ ਹੀ ਛੋੜ ਦਿੱਤਾ, ਮੈਂ ਨੌਲੇਜ ਲੈਣੀ ਹੀ ਛੋੜ ਦਿੱਤੀ ਹੈ, ਮੈਂ ਜਿੱਥੋਂ ਫਰੈਸ਼ ਵਾਟਰ ਲੈਂਦਾ ਸੀ ਉਹ ਮੈਂ ਸਟੋਪ ਕਰ ਦਿੱਤਾ। ਅੱਜ ਅਸੀਂ ਸਾਰੇ ਦੇਖੀਏ, ਅਸੀਂ ਸਾਰੇ ਆਪਣੇ ਆਪ ਨੂੰ ਓਵਰ ਕੌਨਫੀਡੈਂਟ ਸਮਝ ਕੇ ਬਿਲਕੁਲ ਕਲੋਜ਼ ਮਾਈਂਡ ਹੋ ਗਏ ਹਾਂ, ਅਸੀਂ ਕੁਝ ਸਿੱਖਣਾ ਨਹੀਂ ਚਾਹੁੰਦੇ ਹਾਂ। ਹੋਪਲੈਸਨੈਸ ਦੀ ਅਵਸਥਾ, ਮੋਨੋਟਨਸ ਸਟੇਟ ਆਫ ਮਾਈਂਡ, ਕੁਛ ਬਦਲ ਨਹੀਂ ਸਕਤਾ, ਦੁਨੀਆ ਸਭ ਵਿਗੜ ਗਈ ਹੈ, ਬਸ ਡਿਸਟਰਕਸ਼ਨ ਅਭੀ 2010 ਮੈਕਸੀਮਮ 2011 ਮੇ ਸਾਰੀ ਦੁਨੀਆ ਖਤਮ ਹੋ ਜਾਏਗੀ, ਮਰ ਜਾਏਗੇ ਸਾਰੇ, ਇਸ ਤਰ੍ਹਾਂ ਸੋਚਿਆ ਹੋਇਆ। ਇਸ ਕਰਕੇ ਅਸੀਂ ਕਲੋਜ਼ਡ ਮਾਈਂਡ ਆ, ਵੀ ਡੋਂਟ ਹੈਵ ਐਨੀ ਹੋਪ ਬਿਕੋਜ਼ ਵੀ ਡੋਂਟ ਵਾਂਟ ਟੂ ਲਰਨ ਐਨੀ ਮੋਰ, ਕਲੋਜ਼ ਮਾਈਂਡ। ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਗ, ਮੈਂ ਜਿੱਥੋਂ ਫਰੈਸ਼ ਵਾਟਰ ਲੈਂਦਾ ਸੀ ਉਹਦੇ ਨਾਲ ਮੇਰੇ ਅੰਦਰ ਫਰੈਗਰੈਂਸ ਰਹਿੰਦੀ ਸੀ ਔਰ ਮੇਰੇ ਔਗੁਣਾਂ ਦੀ ਬਦਬੂ ਨਿਕਲ ਜਾਂਦੀ ਸੀ, ਉਹ ਮੈਂ ਲੈਂਦਾ ਨਹੀਂ ਹਾਂ ਜੈ ਛੇਤੀ ਮੇਰਾ ਸੰਗ। ਅੱਗੇ ਕਹਿੰਦੇ ਨੇ ਜਿਤ ਡਿੱਠੈ ਤਨ ਪਰਫੁੜ ਹੈ, ਜਿਸ ਨੂੰ ਲੈ ਕੇ ਮੇਰੇ ਅੰਦਰ ਮੇਰੇ ਸਰੀਰ ਅੰਦਰ ਪ੍ਰਫੁੱਲਤਾ ਆ ਸਕਦੀ ਸੀ ਕਿ ਦੁਬਾਰਾ ਪੌਂਡ ਫਰੈਸ਼ ਹੋ ਜਾਏ, ਦੁਬਾਰਾ ਇਹਦੇ 'ਚ ਫੁੱਲ ਖਿੜ ਜਾਣ, ਸਾਰੀ ਚੰਗੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਏ। ਜਿਤ ਡਿੱਠ ਹੈ ਤਨ ਪਰਫੁੜ ਹੈ, ਪਰਫੁੜ ਹੈ ਬਲੋਸਮਿੰਗ, ਪ੍ਰਫੁੱਲਤਾ ਆ ਜਾਵੇ, ਫਰੈਸ਼ਨੈਸ ਆ ਜਾਵੇ, ਉਹ ਹੋ ਸਕਦਾ ਸੀ ਜਿਹਦੇ ਨਾਲ ਇਹ ਫਾਇਦਾ ਹੋਣਾ ਸੀ। ਚੜ੍ਹੈ ਚੌਗਣ ਵਨ, ਚੌਗਣ ਹੁੰਦਾ ਚਾਰ ਗੁਣਾ ਨਹੀਂ, ਮੈਨੀ ਟਾਈਮਸ ਉਹਦੇ ਅੰਦਰ ਉਹ ਵਾਲਾ ਰੰਗ ਦਾ ਨਿਖਾਰ ਆ ਜਾਣਾ। ਵਨ ਕਹਿੰਦੇ ਨੇ ਸੋਨਾ, 24 ਕੈਰੇਟ ਗੋਲਡ ਪਿਓਰੈਸਟ ਫੋਰਮ ਵਿੱਚ ਬਣ ਜਾਣਾ, ਇਹ ਵਾਲਾ ਰੰਗ ਚੜ ਜਾਂਦਾ। ਹੁਣ ਕਹਿੰਦੇ ਨੇ ਜਿਨ੍ਹਾਂ ਦਾ ਇੱਕ ਖਿਆਲ ਇਸ ਪਾਸੇ ਪੈ ਜਾਏ ਕਿ ਮੇਰੇ ਅੰਦਰ ਔਗੁਣ ਆ ਗਏ ਨੇ, ਮੈਂ ਦੁਖੀ ਤੇ ਅਪਸੈਟ ਹਾਂ, ਮੈਨੂੰ ਘਰ ਅੰਦਰ ਸੁੱਖ ਨਹੀਂ ਹੈ, ਭਾਵੇਂ ਵਿਆਹ ਹੋ ਗਿਆ ਤੇ ਭਾਵੇਂ ਵਿਆਹ ਨਹੀਂ ਹੋਇਆ, ਭਾਵੇਂ ਮੈਂ ਮਾਂ ਪਿਓ ਦਾਦਾ ਦਾਦੀ ਹਾਂ ਤੇ ਭਾਵੇਂ ਮੈਂ ਨੌਜਵਾਨ ਹਾਂ,
वुड बी मैरिड या बिल्कुल छोटा जो मर्जी, जदों इंसान अपने अपसेट नू देखदा है ना कि मैं अपसेट हाँ, तो सब तो पहला की करदा है अपने अपसेट का कारण लभन तो पहला उहदे प्रॉब्लम नू दूजे दे शोल्डर ते रख देंदा है। हर पति पत्नी कहिंदा है मैं अपने स्पाउस करके दुखी हाँ, मैं अपने इनलॉज करके दुखी हाँ, मैं अपने बच्चियां करके दुखी हाँ, मैं दूजियां दे करके दुखी हाँ। वो अपनी इंट्रोस्पेक्शन नहीं कर सकता, पर जिस इंसान नू अपनी इंट्रोस्पेक्शन वाल ध्यान पै जाए उसनू अपना अवगुण समझ आ जाएगा कि मैं अपने अवगुण कारण मैं डिस्टर्ब होंदा हाँ होंदी हाँ, उहदा ध्यान पै जाएगा ना, वह जरूर इस तों छुटना चाहेगा। जिसका ध्यान अपनी शॉर्टकमिंग्स वाल अपने गिरबान मैं सिर नीवा कर वेखण वाल पै गया, वो इंसान उस प्रॉब्लम तो जरूर छुटेगा ही छुटेगा। फॉर एग्जाम्पल, निक्का बच्चा है, उन्हू जुकाम है, उन्हू खांसी है, वो आइसक्रीम मंगता है, असी उन्हू नहीं देंदे, उन्हू बुखार चढ़ रहा है, असी उन्हू कहंदे डॉक्टर को ले जावांगे, वो कहंदा मैं डॉक्टर को नहीं जाना, आइसक्रीम दे दो। क्यों? वो अपनी बीमारी रिकॉग्नाइज नहीं कर पा रहा। लेकिन जदों सानू पता लगता मैनू बुखार है, तबीयत खराब है, मैं इस तो छुटना चाहता, की करा, डॉक्टर को जावा। माँ प्यो कहते ने या साडा मन कहता है असी डॉक्टर को जाते हैं और असी डॉक्टर को दवाई लेंदे हैं और दवाई जिस तरह वो दसदा उस तरह खाते हैं असी बीमारी तो छुट जाते हैं। इहदा मतलब जो इंसान अपनी बीमारी नू रिकोगनाइज करन योग हो जाता है वो अपनी बीमारी तो छुटन का साधन लभदा है, अते छुटन दे साधन उत्ते अपने आप नू अपलाई अकॉर्डिंगली करके छुट भी जाता है। जो इंसान अपनी बीमारी रिकोगनाइज कर लेंदा है वो उसका सोल्यूशन उहदा रोग का दारू लभण वास्ते जदों उठता है, इस स्टेट ऑफ माइंड नू कहिंदे ने धर्मखंड। जपजी साहब की जी असी ट्रांसलेशन कर रहे हैं पिछले 6-8 महीनों तो सारे लिविंग ट्रेजर के साथ ही रल के, वो असं यह समझ रहे हैं कि जदों तक तू अपना अवगुण समझे ही ना, अपनी बीमारी नू रिकोगनाइज ही ना करें, तो तक तू धर्मखंड च आ नहीं सकता। मन करके धर्मखंड की अवस्था च आया तो हूँ कहता मैं डॉक्टर चाहिए जिहड़ा मेरी बीमारी का सोल्यूशन दसे। बड़ी नम्रता नाल कहता ज्ञान खंड का आखो कर्म आखो प्लीज मनो समझाओ। ज्ञान खंड का जो धर्म खंड च आ गया वो डेफिनेटली श्योर शॉर्ट वो धर्म खंड तो ज्ञान खंड अंदर एंटर करेगा ही, क्योंकि उसनु अपनी बीमारी तो छुटना है। ज्ञान खंड का प्लीज आखो कर्म अपना बख्शिश फलसफा दर्शन ज्ञान आखो ना, प्लीज दसो ना। हुन साड़ी प्रॉब्लम है कि मैं बचपन ही साफ सुथरा सी, मैं मैला हो गया, अपसेट हो गया, दुखी हो गया, इस करके मैनू मेरा दोबारा बचपना बख्श दियो, मैनू दोबारा मेरा नवा जन्म दे दियो, मनू बाल बुद्ध प्लीज दे दियो, मनू वो चाइल्ड वाली बचपन वाली निर्मलता वाली साफ सुथरे मन वाली बुद्धि दे दियो, मुड़ के दे दियो। उनू कहंदे ने सतगुर का जन्म जन्म है गवन मिटाया, सतगुर दी मत लैके नवा जन्म प्राप्त करना। सो नवा बालपन नवा जन्म प्राप्त करन वास्ते जर्नी शुरू हुई, जिदी शुरू हुई वह दिखदा है कि मेरे नाल हो की रहा सी, उन्हों अपने सिम्टम्स देखता है, मैं जिन्हों तो छुटना है। जर्नी शुरू करन वेले धर्मखंड विच की देखते, मैं श्लोक 12 ते वधीक पढ़ रहा सी, श्लोक आया उदो साहो क्या निशानी तोट ना आवे अन्नी। जो लोग दुनिया च पैसा कमाण दा उद्यम करते ने उन्हां नू उद्यम करके पैसा आ जांदा, पैसे की घाट नहीं रहिंदी। उदो सी करे ही उठी कुड़ी रन्नी तम्मी, बड़ा पैसा कमांदा पैसा तो बहुत आ जाता है, पर सत्ती रन्नी घरे स्यापा, एक मुश्किल पै जाती है पैसे दे नाल दुनियावी सारे काम काज ते करन लग पैंदा है, पर इहदे अंदर सत्ती रन्नी स्यापा एक शुरू हो जाता है कि इहदे जिहड़े इंद्रे ज्ञान इंद्रे ने यह कुछ डिमांड करना शुरू करते हैं। पैसे नाल डिमांड पूरी नहीं होंदी,
ਉਹਨੂੰ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ। ਉਹ ਡਿਮਾਂਡ ਪੂਰੀ ਨਹੀਂ ਹੁੰਦੀ ਜਿਹਦੇ ਕਾਰਨ ਇਸ ਨੂੰ ਪੈਸਾ ਕੋਲ ਹੈ, ਦੁਨੀਆ ਦੀ ਸਾਰੀ ਲਗਜ਼ਰੀ ਕੋਲ ਹੈ, ਸਾਰੇ ਸੁੱਖ ਆਰਾਮ ਕੋਲ ਨੇ, ਪਰ ਇੱਕ ਇੱਕ ਅੰਗ ਆਪਣਾ ਸੁੱਖ ਆਰਾਮ ਮੰਗ ਰਿਹਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨਾਉਂਦਿਆਂ ਸਭ ਅੰਗ। ਨਾਨਕ ਤ੍ਰਿਕ ਤਿੰਨਾਂ ਦਾ ਜੀਵ ਹੈ, ਜਿਨ ਸੱਚ ਨਾ ਲੱਗੋ ਰੰਗ। ਉਹ ਮਨੁੱਖ ਹਰ ਵੇਲੇ ਅਪਸੈਟ ਰਹਿੰਦਾ, ਹੋਰ ਚਾਹੀਦਾ, ਹੋਰ ਚਾਹੀਦਾ, ਫਿਰ ਪੁੱਤਰ ਚਾਹੀਦਾ, ਫਿਰ ਪੋਤਰਾ ਚਾਹੀਦਾ, ਫਿਰ ਵੰਸ਼ ਚਾਹੀਦਾ, ਫਿਰ ਦਾਜ ਚਾਹੀਦਾ, ਫਿਰ ਪ੍ਰਾਪਰਟੀ ਚਾਹੀਦੀ ਹੈ, ਸੱਤਵੀਂ ਪੁਸ਼ਤ ਵਾਸਤੇ ਚਾਹੀਦੀ ਹੈ। ਉਹ ਅਪਸੈਟ ਰਹਿੰਦਾ। ਕੀ ਹੁੰਦਾ? ਸੱਤੀ ਰੰਨੀ ਘਰੇ ਸਿਆਪਾ, ਰੋਵਨ ਕੂੜੀ ਕੰਮੀ। ਨਿਕੰਮੇ ਕੰਮਾਂ ਵਾਸਤੇ ਡਿਮਾਂਡ ਕਰਦੇ ਰਹਿੰਦੇ ਨੇ, ਹੋਰ ਸੀਰੀਅਲ ਦੇਖ ਲਵਾਂ, ਹੋਰ ਫਿਲਮਾਂ ਦੇਖ ਲਵਾਂ, ਹੋਰ ਨਿੰਦਾ ਸੁਣ ਲਵਾਂ, ਹੋਰ ਇਹਨਾਂ ਟੰਗਾਂ ਨਾਲ ਡਾਂਸ ਕਰ ਲਵਾਂ, ਹੋਰ ਇਸ ਮੂੰਹ ਨਾਲ ਸ਼ਰਾਬ ਪੀ ਲਵਾਂ, ਹੋਰ ਕਿਸੇ ਨੂੰ ਗਾਲਾਂ ਕੱਢ ਲਵਾਂ, ਹੋਰ ਲੋਕਾਂ ਨਾਲ ਲੜਾਈ ਕਰ ਲਵਾਂ, ਹੋਰ ਦਿਨੋ ਦਿਨ ਛਿੱਥਾ ਪੈ ਕੇ ਅਪਸੈਟ ਹੋਈ ਜਾਵਾਂ। ਉਹਨੂੰ ਕੁਛ ਸਮਝ ਨਹੀਂ ਆ ਰਹੀ। ਜਿਸ ਨੂੰ ਇਹ ਵਾਲੀ ਅਵਸਥਾ ਸਮਝ ਆਉਂਦੀ ਹੈ ਨਾ, ਉਹ ਧਰਮ ਖੰਡ 'ਚ ਐਂਟਰ ਕਰਦਾ। ਲੋਕ ਪੁੱਛਦੇ ਨਾ, ਧਰਮ ਦੀ ਕੀ ਲੋੜ ਹੈ? ਇਹਦਾ ਮਤਲਬ ਉਹ ਆਪਣੇ ਅਪਸੈਟ ਨੂੰ ਨਹੀਂ ਪਹਿਚਾਣ ਰਿਹਾ। ਧਰਮ ਕਿਸੇ 'ਤੇ ਇੰਪੋਜ਼ ਨਹੀਂ ਕੀਤਾ ਜਾ ਸਕਦਾ। ਡਾਕਟਰ ਜੀ ਬੱਚੇ ਕੋ ਜ਼ਬਰਦਸਤੀ ਨਹੀਂ ਦਿਖਾਏ ਜਾ ਸਕਤੇ। ਬੱਚਾ ਬੋਲਤਾ, ਡਾਕਟਰ ਸੂਈ ਲਗਾਏਗਾ, ਦਰਦ ਕਰਤਾ, ਮੈਂ ਨਹੀਂ ਜਾਣਾ ਡਾਕਟਰ ਕੇ ਪਾਸ। ਇੰਝ ਹੀ ਲੋਕ ਕਹਿ ਰਹੇ ਨੇ, ਧਰਮ ਕੀ ਕਿਆ ਜ਼ਰੂਰਤ ਹੈ, ਮੰਦਰ ਮਸਜਿਦ ਜਾਣੇ ਕੀ ਕਿਆ ਜ਼ਰੂਰਤ ਹੈ, ਪਾਠ ਕਰਨੇ ਕੀ ਜ਼ਰੂਰਤ ਹੈ, ਖੰਡੇ ਪਾਟੀ ਕੀ ਪਹੁੰਚ ਸਕਣੇ ਕੀ ਜ਼ਰੂਰਤ ਹੈ, ਸ਼ਰਾਬ ਪੀਣੇ ਕੀ ਜ਼ਰੂਰਤ ਹੈ, ਡਾਂਸ ਕਰਨੇ ਕੀ ਜ਼ਰੂਰਤ ਹੈ, ਪੱਬ ਜਾਣੇ ਕੀ ਜ਼ਰੂਰਤ ਹੈ। ਉਹ ਆਪਣੇ ਆਪਣੇ ਸਾਰਾ ਐਨਾਲਾਈਜ਼ ਕਰਕੇ ਦੱਸੀ ਜਾਂਦਾ। ਸੱਚ ਨਹੀਂ ਲੈਂਦਾ। ਪ੍ਰੋਬਲਮ ਹੈ, ਜੋ ਲੇਵੈ ਸੋ ਦੇਵੈ ਨਾ ਹੀ, ਖੱਟੇ ਦਮ ਸਹੰਮੀ ਦਿਨ ਰਾਤ ਪੈਸਾ ਤੇ ਕਮਾਉਂਦਾ ਹੈ, ਪਰ ਅੰਦਰ ਜੋ ਕੁਛ ਇਸ ਦੇ ਅੰਦਰ ਦੇ ਇਹ ਸਾਰੇ ਇੰਦਰੇ ਗਿਆਨਿੰਦਰੇ ਇਹਨੂੰ ਸਤਾਰਨੇ, ਉਹਨਾਂ ਤੋਂ ਸੁਖੀ ਨਹੀਂ ਹੋ ਪਾਉਂਦਾ। ਇਸ ਦੇ ਬਾਰੇ ਵਿਆਹ ਦੇ ਨਾਲ ਜੋੜ ਕੇ ਗੱਲ ਨੂੰ ਜੇਕਰ ਅਸੀਂ ਸਮਝੀਏ, ਅਸੀਂ ਇੱਕ ਨਵਾਂ ਪਰਿਵਾਰ ਬਣਾਇਆ, ਬਣਾਉਣ ਵਾਸਤੇ ਮੈਰਿਜ ਇੰਸਟੀਟਿਊਸ਼ਨ ਕ੍ਰੀਏਟ ਕੀਤਾ, ਪਰ ਅਸੀਂ ਉਹ ਜਿਹੜੇ ਨਵੇਂ ਮੁੰਡਾ ਕੁੜੀ ਜਿਹੜੇ ਇਸ ਵਿਆਹ ਤਾਂ ਘਰ 'ਚ ਪੈਰ ਧਰਨਗੇ, ਅਸੀਂ ਉਹਨਾਂ ਨੂੰ ਦੁਨਿਆਵੀ ਪਦਾਰਥ ਦਿੱਤੇ, ਅਸੀਂ ਉਹਨਾਂ ਨੂੰ ਜਾ ਕੇ ਵਧਾਈਆਂ ਦਿੱਤੀਆਂ, ਅਸੀਂ ਉਹਨਾਂ ਦੇ ਸਾਰੇ ਵਿਆਹ ਸ਼ਾਦੀ ਦੇ ਟੌਪ ਕਲਾਸ ਦਿਖਾਵੇ ਦੇ ਸਾਰੇ ਸੁਪਰਫਲੂਅਸ ਅਨਕਾਏ ਰਾਤੜਿਆਂ ਵਾਲੇ ਕੰਮ ਕੀਤੇ, ਪਰ ਅਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਇਹ ਵਾਲੀਆਂ ਗੱਲਾਂ ਨੇ ਜਿਨ੍ਹਾਂ ਦੇ ਘਰ ਕਾਰਨ ਘਰ ਦੀਆਂ ਦੀਵਾਰਾਂ ਟੁੱਟ ਜਾਂਦੀਆਂ ਨੇ। ਤੁਸੀਂ ਇਹ ਵਾਲੇ ਚੰਗੇ ਖਿਆਲ ਪੱਲੇ ਬੰਨਣਾ ਤਾਂ ਕਿ ਤੁਹਾਡੇ ਘਰ ਦੀਆਂ ਦੀਵਾਰਾਂ ਨਾ ਟੁੱਟਣ। ਮੈਂ ਇੱਕ ਡਰਾਮਾ ਦੇਖ ਰਿਹਾ ਸੀ, ਉਹਦੇ ਵਿੱਚ ਉਹਨੂੰ ਕਹਿੰਦੀ ਹੈ ਨੌਕਰਾਣੀ ਨੂੰ, ਮਾਲਕਿਆ ਨਹੀਂ, ਕਹਿੰਦੀ ਹੈ ਯੇ ਫਲਾਵਰ ਵਾਜ ਬਹੁਤ ਮਹਿੰਗਾ ਹੈ, ਇਸਕੋ ਧਿਆਨ ਸੇ ਉਠਾਨਾ, ਅਗਰ ਯੇ ਗਿਰ ਗਿਆ ਤੋ ਟੂਟ ਜਾਏਗਾ। ਉਹ ਨੌਕਰਾਣੀ ਮਾਲਕਿਆਨੀ ਨੂੰ ਪੁੱਛਦੀ ਹੈ, ਸਾਹਿਬ ਆਜ ਨਹੀਂ ਆਏ। ਉਸਨੇ ਸਾਹਿਬ ਦੇ ਬਾਰੇ ਕੁਛ ਦੋ ਚਾਰ ਗੱਲਾਂ ਕੱਢ ਕੇ ਕਿਹਾ, ਕਿਧਰੇ ਖੇ ਖਾਣ ਗਿਆ ਹੋਏਗਾ। ਇਹਦੇ ਹੱਥੋਂ ਫਲਾਵਰ ਵਾਜ ਡਿੱਗ ਪਿਆ, ਟੁੱਟ ਗਿਆ। ਟੁੱਟਣ ਸਾਰ ਨੌਕਰਾਨੀ ਕਹਿੰਦੀ ਆ ਮਾਲਕਿਆਨੀ ਨੂੰ, ਮੈਡਮ ਐਸੇ ਘਰ ਕੇ ਵਾਜ ਵੀ ਟੁੱਟ ਜਾਤੇ ਹੈ, ਐਸੇ ਰਿਸ਼ਤੇ ਟੁੱਟ ਜਾਤੇ ਹੈ, ਅਗਰ ਤੁਮ ਐਸੇ ਧਿਆਨ ਨਹੀਂ ਰੱਖੋਗੇ, ਅਗਰ ਤੁਮ ਮੀਠਾ ਪਿਆਰ ਸੇ ਨਹੀਂ ਬੋਲੋਗੇ, ਤੁਮ ਆਪਸ ਮੇਂ ਪਿਆਰ ਕਾ ਰਿਸ਼ਤਾ ਨਹੀਂ ਬਣਾਓਗੇ ਨਾ, ਯੇ ਕਾਂਚ ਵਾਲੇ, ਯੇ ਕ੍ਰਿਸਟਲ ਵਾਲੇ, ਯੇ ਸਵਿਟਜ਼ਰਲੈਂਡ ਵਾਲੇ 50 ਲੱਖ ਕੇ 50 ਕਰੋੜ ਕੇ ਵਾਜ ਤੋਂ ਆ ਜਾਏਂਗੇ, ਪਰ ਯੇ ਰਿਸ਼ਤਾ ਬਹੁਤ ਨਾਜ਼ੁਕ ਹੋਤਾ ਹੈ, ਯੇ ਐਸੇ ਟੁੱਟ ਜਾਤਾ ਹੈ। ਨੌਕਰਾਣੀ ਅਨਪੜ੍ਹ ਕਰੋੜਾਂਪਤੀ ਮਾਲਕਿਆਨੀ ਨੂੰ ਸਮਝਾ ਰਹੀ ਹੈ। ਅਸੀਂ ਕਦੀ ਸਮਝਾਇਆ ਹੀ ਨਹੀਂ, ਇਸ ਕਰਕੇ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ, ਹਰ ਪ੍ਰਭ ਮੇਰੇ ਬਾਬਲਾ ਦੇਵੋ ਦਾਨ ਮੈਂ ਦਾਜੋ। ਮੈਨੂੰ ਦਾ ਦੇ ਵਿੱਚ ਪਤਾ ਕੀ ਦਿਓ, ਹਰ ਕੱਪੜੋ, ਮੈਨੂੰ ਕਿਹੜਾ ਕੱਪੜਾ ਦਿਓ, ਮੇਰੀ ਮੱਤ ਉੱਤੇ ਪਾਉਣ ਵਾਲੀ ਵਿਜ਼ਡਮ ਦਾ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ। ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ, ਉਹ ਸ਼ੈਤਾਨ ਵਾਲੀਆਂ ਗੱਲਾਂ ਦਾ ਚੋਲਾ ਮੇਰੀ ਮੱਤ ਉੱਤੋਂ ਉਤਾਰ ਦਿਓ, ਦੁਰਮਤ ਦਾ ਚੰਗੀ ਮੱਤ ਦਾ ਕੱਪੜਾ ਮੈਨੂੰ ਹਰ ਕੱਪੜੋ, ਹਰ ਸ਼ੋਭਾ ਦੇਵੋ, ਚੰਗੇ ਗੁਣਾਂ ਦੀ ਚਮਕ ਜਿਨ੍ਹਾਂ ਨਾਲ ਪੈਦਾ ਹੋਵੇ। ਸਿਰਫ ਮੁੰਡੇ ਦੇ ਘਰ ਕੁੜੀ ਦੇ ਜਾਨ ਦੇ ਚਮਕ ਨਹੀਂ ਮੰਗੀ,
कुड़ी नू भी मुंडे नू भी मां प्यो नू भी सस सोहरा नू भी भैन भरा नू भी सारियां नू चंगे गुणा की चमक हर कपड़ो हर शोभा देवो जित संवरे मेरा काजो मेरा काज की है मेरा काज सिर्फ एक व्याह शादी दे चंगे लहंगे नू पा के थे फेरे लेना नहीं है मेरा काज है जिंदगी भर दा कि मैं रब जी नाल इक मिकता चाहना जेड़े मुंडा कुड़ी या सारे परिवार इस तरह बैठ जाएंगे ना वो सतगुरु की ताबिया है ठीक निर्मल भाव च बैठे उन्होंने ये अहंकार नहीं आएगा असं मुंडे वाले असं कुड़ी वाले असं दादा असं दादियाँ असं ताए असं चाचे हाँ कोई भी इस गल का माण नहीं आएगा इस गल का माण भी नहीं आएगा कि मैं तेरा प्यो हाँ तैनू मेरी मननी पेगी असं पिछे इतनिया शराबा वरतानते आए हैं तू बड़ा आया अच्छ कहता शराब नहीं वरतानी तू बड़ी आई अच्छ कहती मैं बगैर दाज वाले विह करना है तू अज बड़ी आई है कहती है कि मैं शराबी शादी नहीं करनी ये सब गल्लां प्यो दा रोब छोड़ देंगे क्यों असी तो सीख आया मैं अपना काज सुवारना हर कपड़ो हर शोभा देवो जिस संवरे मेरा काजो हूँ कबीर साहब कहते ने कबीर उजल पैरे कापरे पान सुपारी खाएं एक सर के नाम बिन बाधे जमपुर जाएं असी बारले लाल कपड़े बारली मेहंदी बारला चूड़ा बारला टिक्का बारला सारी जुलरी बारला दुनिया भर का सारो साजो समान का शिंगार बनाया पान तंबोला खादा सुरखी लाई मेहंदी लाई बड़ा कुछ कराया वाल बनवाए मैं कितने सारे पॉइंट्स गिना मनु इतने पता ही नहीं जितने होंदे ने